ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਦਾ ਸਰਪ੍ਰਸਤ ਨਿਯੁਕਤ ਕੀਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ 16 ਮੈਂਬਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਅਵਤਾਰ ਸਿੰਘ ਹਿੱਤ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਹਰਮਨਜੀਤ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ, ਭੁਪਿੰਦਰ ਸਿੰਘ ਆਨੰਦ, ਪਰਮਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇਪੀ, ਹਰਿੰਦਰਪਾਲ ਸਿੰਘ, ਅਮਰਜੀਤ ਸਿੰਘ ਪੱਪੂ, ਜਤਿੰਦਰ ਸਿੰਘ ਸ਼ਾਂਟੀ, ਜਤਿੰਦਰ ਸਿੰਘ ਸਾਨੀ, ਬੀਬੀ ਰਣਜੀਤ ਕੌਰ, ਪ੍ਰਿਤਪਾਲ ਸਿੰਘ ਕਪੂਰ ਅਤੇ MPS ਚੱਡਾ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸੀਨੀਅਰ ਲੀਡਰਸ ਦੀ ਗੱਲ ਮੀਟਿੰਗ ਕੀਤੀ ਅਤੇ ਉਹਦੇ ਫੈਸਲਾ ਕੀਤਾ ਕਿ ਜਿਹੜੀ ਦਿੱਲੀ ਸ਼੍ਰੋਮਣੀ ਅਕਾਲੀ ਦਲ ਡਿਸਟ੍ਰਿਕਟ ਸਾਡਾ ਜਿਹੜਾ ਡੈਲੀ ਯੂਨਿਟ ਹੈ ਉਹਦੀ ਅਸੀਂ ਰੀਓਰਗਨਾਈਜੇਸ਼ਨ ਅੱਜ ਅਨਾਊਂਸ ਕਰ ਰਹੇ ਹਾਂ। ਸਰ ਅਵਤਾਰ ਸਿੰਘ ਹਿੱਤ ਉਹ ਸ਼੍ਰੋਮਣੀ ਅਕਾਲੀ ਦਲ ਡੈਲੀ ਦੇ ਯੂਨਿਟ ਦੇ ਸਰਪ੍ਰਸਤ ਹੋਣਗੇ ਅਤੇ ਸਰ ਹਰਮੀਤ ਸਿੰਘ ਕਾਲਕਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰੈਜੀਡੈਂਟ ਹੋਣਗੇ, ਦਿੱਲੀ ਸਟੇਟ ਦੇ ਪ੍ਰੈਜੀਡੈਂਟ ਹੋਣਗੇ। ਅਤੇ ਉਹਦੇ ਬਾਅਦ ਅਸੀਂ ਇੱਕ ਵਰਕਿੰਗ ਕਮੇਟੀ ਬਣਾਈ ਹੈ ਜਿਹੜੀ ਵਰਕਿੰਗ ਕਮੇਟੀ ਸਾਰੇ ਫੈਸਲੇ ਬਹਿ ਕੇ ਲਊਗੀ, ਜੋ ਵੀ ਪਾਰਟੀ ਦੀ ਐਕਟੀਵਿਟੀਜ਼ ਆ ਕੀ ਕਰਨੀ ਹੈ ਸਾਰੀ ਹੈ। ਸੋ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਸਰ ਅਵਤਾਰ ਸਿੰਘ ਹਿੱਤ, ਸਰ ਮਨਜਿੰਦਰ ਸਿੰਘ ਸਰਸਾ, ਸਰ ਹਰਮੀਤ ਸਿੰਘ ਕਾਲਕਾ, ਸਰ ਹਰਮਨਜੀਤ ਸਿੰਘ ਜੀ, ਸਰ ਰਵਿੰਦਰ ਸਿੰਘ ਖੁਰਾਣਾ, ਸਰ ਕੁਲਵੰਤ ਸਿੰਘ ਬਾਠ, ਸਰ ਭੁਪਿੰਦਰ ਸਿੰਘ ਆਨੰਦ, ਸਰ ਪਰਮਜੀਤ ਸਿੰਘ ਰਾਣਾ, ਸਰ ਹਰਵਿੰਦਰ ਸਿੰਘ ਕੇਪੀ, ਹਰਿੰਦਰਪਾਲ ਸਿੰਘ ਜੀ, ਸਰ ਅਮਰਜੀਤ ਸਿੰਘ ਪੱਪੂ, ਸਰ ਜਤਿੰਦਰ ਸਿੰਘ ਸ਼ੰਟੀ, ਸਰ ਜਤਿੰਦਰ ਸਿੰਘ ਸਾਨੀ, ਬੀਬੀ ਰਣਜਿੰਦਰ ਕੌਰ ਜੀ, ਸਰ ਰਣਜੀਤ ਕੌਰ ਜੀ, ਸਰ ਪ੍ਰਿਤਪਾਲ ਸਿੰਘ ਕਪੂਰ ਅਤੇ ਸਰ MPS ਚੱਡਾ ਜੀ। ਆਹ ਵਰਕਿੰਗ ਕਮੇਟੀ 16 ਬੰਦਿਆਂ ਦੀ ਬਣਾਈ ਹੈ ਜਿਹੜੇ ਸਾਰੀ ਪਾਰਟੀ ਦੀ ਜੋ ਪੋਲਿਸੀਜ਼ ਹੈ ਕੀ ਪ੍ਰੋਗਰਾਮ ਹੈ ਸਾਰੀ ਵਰਕਿੰਗ ਕਮੇਟੀ ਬਹਿ ਕੇ ਕਰਿਆ ਕਰੂਗੀ। ਤਾਂ ਫਿਰ ਮੈਂ ਫਿਰ ਤੋਂ ਰਿਪੀਟ ਕਰਦਾ ਹਾਂ, ਸਰ ਹਰਮੀਤ ਸਿੰਘ ਕਾਲਕਾ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਾਡੇ ਪ੍ਰੈਜੀਡੈਂਟ ਹੋਣਗੇ ਅਤੇ ਸਰ ਅਵਤਾਰ ਸਿੰਘ ਹਿੱਤ ਜੋ ਸਭ ਤੋਂ ਸਾਰੇ ਸੀਨੀਅਰ ਹੈ ਉਹ ਸਰਪ੍ਰਸਤ ਹੋਣਗੇ। ਉਹਨਾਂ ਦੀ ਸਾਰੀ ਛਤਰ ਸ਼ਾਇਦ ਬਾਕੀ ਆਰਗਨਾਈਜੇਸ਼ਨ ਹੈ, ਬਾਕੀ ਜੋ ਆਰਗਨਾਈਜੇਸ਼ਨ ਹੈ ਬਾਕੀ ਜੋ ਆਰਗਨਾਈਜੇਸ਼ਨ ਹੈ ਉਹ ਜਲਦੀ ਹੀ ਆ ਸਾਰੀ ਟੀਮ ਬਹਿ ਕੇ ਪਾਰਟੀ ਹਾਈ ਕਮਾਂਡ ਨੂੰ ਰਿਕਮੈਂਡ ਕਰੂਗੇ, ਉਹਦੇ ਵਾਸਤੇ ਅਸੀਂ ਬਾਕੀ ਦੀ ਆਰਗਨਾਈਜੇਸ਼ਨ ਵੀ ਬਣਾਈ ਜਾਊਗੀ। ਦੂਜੀ ਗੱਲ, ਹੁਣ ਦਿੱਲੀ ਦੇ ਵਿੱਚ ਚੋਣਾਂ ਆ ਗਈਆਂ, ਅਸੈਂਬਲੀ ਦੀ ਚੋਣਾਂ ਆ ਗਈਆਂ। ਸੋ ਸ਼੍ਰੋਮਣੀ ਅਕਾਲੀ ਦਲ BJP ਇਕੱਠੇ ਪਿਛਲੀ ਵਾਰ ਵੀ ਚੋਣ ਲੜੇ ਸੀ, ਲਗਾਤਾਰ ਸਾਡਾ ਪੁਰਾਣਾ ਸਾਂਝ ਹੈ। ਸੋ ਅਸੀਂ ਇੱਕ ਕਮੇਟੀ ਬਣਾਈ ਹੈ, ਸਰ ਬਲਵਿੰਦਰ ਸਿੰਘ ਭੁੰਦੜ ਸਾਹਿਬ, ਆਪਣੇ ਪ੍ਰੋਫੈਸਰ ਰਣਜੀਤ ਸਿੰਘ, ਪ੍ਰੇਮ ਸਿੰਘ ਚੰਦੂ ਮਹਾਰਾਜ ਜੀ ਅਤੇ ਸ਼੍ਰੀ ਨਰੇਸ਼ ਗੁਜਰਾਲ ਜੀ ਸਾਡੇ ਮੈਂਬਰ ਪਾਰਲੀਮੈਂਟ ਹੈ। ਆ ਕਮੇਟੀ ਜਿਹੜੀ ਹੈ BJP ਨਾਲ ਵਿਚਾਰ ਵਟਾਂਦਰਾ ਕਰੂਗੀ ਐਂਡ ਸਟ੍ਰੈਟਜੀ BJP ਨਾਲ ਬਹਿ ਕੇ ਸਾਰੇ ਇਲੈਕਸ਼ਨ ਦੀ ਸਟ੍ਰੈਟਜੀ ਇਕੱਠੇ ਬਹਿ ਕੇ ਬਣਾਉਣਗੇ। ਸੋ ਆਹ ਵੀ ਅਸੀਂ ਕਮੇਟੀ ਅਨਾਊਂਸ ਕਰਦੇ ਹਾਂ। ਦੂਜੀ, ਅਸੀਂ ਜ਼ਿੰਮੇਵਾਰੀ ਲਾਈ ਹੈ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਚੰਦੂ ਮਹਾਰਾਜ ਸਾਹਿਬ ਭੁੰਦੜ ਸਾਹਿਬ ਨੂੰ, ਜਿਹੜੇ ਪੀਲੀਭੀਤ ਦਾ ਮਸਲਾ ਹੈ ਅਤੇ ਜਿਹੜਾ ਮੰਗੂ ਮੱਠ ਦਾ ਮਸਲਾ ਹੈ ਅਤੇ ਨਾਲੇ ਮੱਧ ਪ੍ਰਦੇਸ਼ ਜਿਹੜੀ ਸਿੱਖ ਭੈਣ ਭਰਾ ਨੂੰ ਉਹ ਜੋ ਸਮੱਸਿਆ ਆਈ ਹੈ ਉੱਥੇ ਇੱਕ ਕਮੇਟੀ ਜਾਊਗੀ। SGPC 'ਤੇ ਅਤੇ DGPC 'ਤੇ ਪਹਿਲੇ ਕਮੇਟੀ ਚਲੀ ਗਈ ਹੈ, ਹੁਣ ਪਾਰਟੀ ਦੀ ਅੱਜ ਹਾਈ ਲੈਵਲ ਕਮੇਟੀ ਜਾ ਕੇ ਉਹਨਾਂ ਦੀ ਜੋ ਇਸ਼ੂਜ਼ 8-9 ਨੂੰ ਵਿਜ਼ਿਟ ਕਰੂਗੀ, ਜੋ ਉਹਨਾਂ ਦੀ ਇਸ਼ੂਜ਼ ਹੈ ਜੇ ਸੋਲਵ ਹੋ ਗਏ ਅਤੇ ਉਹਨਾਂ ਦੀ ਹੋਰ ਕੋਈ ਇਸ਼ੂਜ਼ ਹੈ ਜਾਂ ਹੋਰ ਕੋਈ ਜੋ ਪ੍ਰੋਬਲਮ ਹੈ ਆ ਸਾਰੀ ਉਹਨਾਂ ਨੂੰ ਰਿਵਿਊ ਕਰੂਗੀ ਅਤੇ ਉਹਨਾਂ ਲੋਕਲ ਲੀਡਰਸ਼ਿਪ ਨੂੰ ਉੱਥੇ ਲੋਕਲ ਸੰਗਤ ਨਾਲ ਗੱਲ ਵਿਚਾਰ ਕਰੂਗੀ, ਜੇ ਕੋਈ ਸਮੱਸਿਆ ਸਾਨੂੰ ਆ ਕੇ ਦੱਸੂਗੀ। ਸੋ ਵੀ ਵਿਲ ਟੇਕ ਇਟ ਅਪ ਐਟ ਦ ਐਪਰੋਪਰੀਏਟ ਲੈਵਲ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਅਹਿਮ ਜ਼ਿੰਮੇਵਾਰੀ ਦਿੱਲੀ ਦੀ ਬਤੌਰ ਪ੍ਰਧਾਨਗੀ ਦੀ ਮੈਨੂੰ ਦਿੱਤੀ ਹੈ ਪਾਰਟੀ ਦੀ। ਔਰ ਦਿੱਲੀ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਉਹਦੇ ਬਾਰੇ ਸਾਡੀ ਕਮੇਟੀ ਬਣਾ ਦਿੱਤੀ ਗਈ ਹੈ, ਜਿਹਦੇ ਵਿੱਚ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਔਰ ਸਰਦਾਰ ਸ਼੍ਰੀ ਨਰੇਸ਼ ਗੁਜਰਾਲ ਜੀ ਜਿਹੜੇ ਕੋਆਰਡੀਨੇਟ ਕਰਨਗੇ ਔਰ ਉਹਨਾਂ ਦੇ ਨਾਲ ਅਸੀਂ ਮਿਲ ਕੇ ਸਹਿਯੋਗ ਕਰਾਂਗੇ। ਜਿਹੜੇ ਜਿਹੜੇ ਵੀ ਸਾਡੇ ਕੋਲੋਂ ਬਾਇਓਡਾਟਾਜ਼ ਆਏ ਹੋਏ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਸੀਟਾਂ ਦੇ ਉੱਤੇ, ਅਸੀਂ ਉਹਦੇ ਉੱਤੇ ਬਿਲਕੁਲ ਐਨਾਲਾਈਜ਼ ਕਰਕੇ ਉਹਦੀ ਸਰਵੇ ਕਰਾ ਕੇ
उस हिसाब के नाल यह मंग रखांगे और दो तीन दिनों के इस प्रोसीजर फॉलो किया जाएगा। मैं समझदा कि नौजवान वर्ग में एक वड्डी ताकत मिलेगी और आने वाले समय के असी जिथे विधानसभा की चोणां भी जीतांगे और गुरु घर दी सेवां दे विच भी अपना पूरा तनदेही दे नाल काम कर सकांगे। तो अज सरदार सुखबीर सिंह बादल प्रधान श्रोमणी अकाली दल ने बहुत वड्डा फैसला लिया उन्हें और अज दिल्ली की बहुत चिरां दे लटकी हुई जिहड़ी सी गल सी अज पार्टी की कि प्रधान नहीं पार्टी का पार्टी कोई किसी कोई जथेबंद कोई सिस्टम है ही नहीं सी और इस करके बड़े परेशानियों में फसी सी पार्टी वर्कर फसया हुआ सी। अज उन्होंने बड़ा वड्डा फैसला लैके पार्टी जी उन्होंने बनाती है नवी जथेबंदी उसके विच उन्होंने सरप्रस्त भी बनाता प्रधान भी बनाता वर्किंग कमेटी भी बनाती है और नाल होर दो कमेटियां बना के पीड़ी भेज दी तो मध्य प्रदेश से मठ की वह भी बना नाल कमेटियां बनाती हैं तो नाल तीन मैंबरी कमेटी होर चंदूमाजरा साहब तो भुंदड़ साहब तो अपना वो नरेश गुजराल जी वह भी बनाती है इलैक्शन वास्ते बीजेपी ने गलबात करने वास्ते कोआर्डीनेटर कमेटी बनाई है।